ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਗਾਇਕੀ ਤੋਂ ਫਿਲਮਾਂ ਵੱਲ ਆਉਣ ਦਾ ਤੁਹਾਡਾ ਸਬੱਬ ਕਿੱਦਾਂ ਬਣਿਆ? ਇਹ ਵੀ ਸਾਡੇ ਕੰਮ ਦਾ ਇੱਕ ਹਿੱਸਾ ਫਿਲਮ ਬਣਾਉਣੀ, ਕਿਉਂਕਿ ਕੈਮਰੇ ਦੇ ਨਾਲ ਅਸੀਂ ਰਿਲੇਟ ਕਰਦੇ ਹਾਂ, ਗਾਣਿਆਂ ਵਿੱਚ ਵੀ ਸਾਨੂੰ ਕੈਮਰੇ ਦੀ ਜ਼ਰੂਰਤ ਪੈਂਦੀ ਹੈ, ਫਿਲਮਾਂ ਦੇ ਵਿੱਚ ਵੀ ਜ਼ਰੂਰਤ ਪੈਂਦੀ ਹੈ, ਐਕਟਿੰਗ ਅਸੀਂ ਗਾਣਿਆਂ 'ਚ ਵੀ ਕਰਦੇ ਹਾਂ ਅਤੇ ਫਿਲਮਾਂ 'ਚ ਵੀ ਐਕਟਿੰਗ ਦੀ ਹੀ ਲੋੜ ਪੈਂਦੀ ਹੈ। ਸੋ ਇਹ ਇਟਸ ਪਾਰਟ ਆਫ ਆਵਰ ਵਰਕ। ਸੋ ਮੈਂ ਸੋਚਿਆ ਕਿ ਚਲੋ ਯਾਰ ਗਾਣੇ ਕਰ ਰਹੇ ਹਾਂ, ਔਰ ਜਦੋਂ ਸਾਨੂੰ ਕੋਈ ਔਫਰ ਆਉਂਦੀ ਹੈ ਇਹੋ ਜਿਹੀ, ਜਦੋਂ ਲੱਗਦਾ ਕਿ ਇੱਕ ਕਦਮ ਅਸੀਂ ਅੱਗੇ ਜਾਵਾਂਗੇ ਤੇ ਫਿਰ ਉਹ ਮੌਕਾ ਗੁਆਉਣਾ ਨਹੀਂ ਚਾਹੀਦਾ ਆਪਾਂ ਨੂੰ। ਬਿਲਕੁਲ ਜੀ। ਤੇ ਇਸ ਮੂਵੀ ਦੇ ਬਾਰੇ ਚ ਸਾਨੂੰ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਦੱਸੋ ਕਿ ਮੂਵੀ ਦੇ ਡਾਇਰੈਕਟਰ, ਪ੍ਰੋਡਿਊਸਰ ਜਾਂ ਹੋਰ ਜਿਹੜੇ ਵੀ ਜਿੰਨੇ ਵੀ ਤੁਹਾਡੇ ਸਹਿ ਕਲਾਕਾਰ ਤੁਹਾਡੇ ਨਾਲ ਰਹੇ ਨੇ ਉਹਨਾਂ ਬਾਰੇ ਥੋੜਾ ਦੱਸੋ। ਲੱਖੀ ਜੀ, ਸਿਰਫਰੇ ਮੂਵੀ ਹਰਜੀਤ ਸਿੰਘ ਰਿੱਕੀ ਡਾਇਰੈਕਟ ਕਰ ਰਹੇ ਨੇ ਔਰ ਪ੍ਰੋਡਿਊਸ ਕਰ ਰਹੇ ਨੇ ਗੁਰਪ੍ਰੀਤ ਸਿੰਘ ਸਿੱਧੂ ਅਮੈਰਜਿੰਗ ਇੰਡੀਆ ਤੋਂ, ਔਰ ਜਿਹੜੇ ਮੇਰੇ ਬਾਕੀ ਦੇ ਕੋ ਆਰਟਿਸਟ ਨੇ ਜਾਂ ਜਿਹਨਾਂ ਦੇ ਨਾਲ ਮੈਂ ਕੰਮ ਕਰ ਰਿਹਾ ਇਸ ਫਿਲਮ ਦੇ ਵਿੱਚ, ਪ੍ਰਿਯਾਂਸ਼ੂ ਚੈਟਰਜੀ ਜਿਹੜੇ ਜਿਹਨਾਂ ਨੇ ਕਾਫੀ ਫਿਲਮਾਂ ਹਿੰਦੀ ਕੀਤੀਆਂ, ਤੁੰਬੇਨ ਪਿੰਜਰ ਔਰ ਭੂਤਨਾਥ ਵਰਗੀਆਂ ਵੱਡੀਆਂ ਮੂਵੀਆਂ ਦੇ ਵਿੱਚ ਕੰਮ ਕੀਤਾ, ਮੋਨਿਕਾ ਬੇਦੀ ਜੀ ਨੇ ਉਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਕੋ ਆਰਟਿਸਟ ਨੇ ਉਹ, ਮੈਂ ਹਾਂ, ਮੇਰੇ ਨਾਲ ਗੁਰਲੀਨ ਚੋਪੜਾ ਜੀ ਨੇ ਅਤੇ ਬੀਨੂ ਢਿੱਲੋਂ ਹੈ, ਬੀ ਐਨ ਸ਼ਰਮਾ ਜੀ ਨੇ, ਸ਼ਿਵਿੰਦਰ ਮਾਲ ਜੀ, ਬਹੁਤ ਚੰਗੇ ਆਰਟਿਸਟ, ਕਰਮਜੀਤ ਅਨਮੋਲ ਵਰਗੇ ਆਰਟਿਸਟਾਂ ਨੇ ਇਸ ਫਿਲਮ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਸੋ ਉਮੀਦ ਸਾਡੀ ਇਹੀ ਹੈ ਕਿ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ, ਔਰ ਮੈਨੂੰ ਤਾਂ ਸਪੈਸ਼ਲੀ ਗੁਰਲੀਨ ਹੋਣਾ ਨੇ, ਪ੍ਰਿਯਾਂਸ਼ੂ ਹੋਣਾ ਨੇ ਬੜਾ ਸਪੋਰਟ ਕੀਤਾ, ਕਿਉਂਕਿ ਇਟਸ ਮਾਈ ਫਸਟ ਮੂਵੀ ਐਜ਼ ਐਨ ਐਕਟਰ। ਸੋ ਇਹਨਾਂ ਨੇ ਕਾਫੀ ਹੈਲਪ ਕੀਤੀ ਹੈ, ਕਿਉਂਕਿ ਇਹਨਾਂ ਦੀਆਂ ਪਹਿਲਾਂ ਇਹਨਾਂ ਨੇ ਕੰਮ ਕਰ ਚੁੱਕੇ ਹਾਂ ਇੰਡਸਟਰੀ ਦੇ ਵਿੱਚ। ਹਾਂਜੀ। ਸੋ ਇਹਨਾਂ ਨੇ ਕਾਫੀ ਮੈਨੂੰ ਸਪੋਰਟ ਕੀਤਾ। ਸੋ ਉਹ ਹੁਣ ਪਰਦੇ ਤੇ ਜਦੋਂ ਆਏਗਾ ਤੇ ਉਹ ਲੋਕਾਂ ਵੱਲੋਂ ਐਕਸੈਪਟੇਸ਼ਨ ਮਿਲਦੀ ਹੈ, ਫਿਰ ਮੈਨੂੰ ਮਜ਼ਾ ਆਏਗਾ ਕਿ ਠੀਕ ਹੈ, ਮੈਂ ਮੇਰੇ ਉਸਤਾਦ ਚੰਗੇ ਨੇ ਜੀ। ਤਾਂ ਦੋਸਤੋ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਬਹੁਤ ਹੀ ਵਧੀਆ ਮੂਵੀ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਬਾਲੀਵੁੱਡ ਦੇ ਪਾਲੀਵੁੱਡ ਦੇ ਮੰਜੇ ਹੋਏ ਕਲਾਕਾਰਾਂ ਨੇ ਕੰਮ ਕੀਤਾ। ਤੇ ਨਾਲ ਦੀ ਨਾਲ ਆਪਾਂ ਗੁਰਲੀਨ ਜੀ ਨੂੰ ਪੁੱਛਦੇ ਹਾਂ ਕਿ ਗੁਰਲੀਨ ਜੀ, ਸਿਰਫਰੇ ਮੂਵੀ ਦੇ ਵਿੱਚ ਤੁਹਾਡਾ ਕਿੱਦਾਂ ਦਾ ਕਿਰਦਾਰ ਹੈ ਜੀ? ਸਿਰਫਰੇ ਮੂਵੀ ਵਿੱਚ ਮੇਰਾ ਬਹੁਤ ਹੀ ਖੂਬਸੂਰਤ ਕਿਰਦਾਰ ਹੈ ਜਿਹਦਾ ਨਾਮ ਜੈਜ਼ ਹੈ, ਔਰ ਚੰਡੀਗੜ੍ਹ ਦੀ ਰਹਿਣ ਵਾਲੀ ਕੁੜੀ ਹੈ, ਬੜੀ ਮਾਡਰਨ ਕੁੜੀ ਹੈ ਔਰ ਅਲਟਰਾ ਮਾਡਰਨ ਕਹਿ ਸਕਦੇ ਹੋ ਤੁਸੀਂ, ਔਰ ਹੀਰੋ ਨੂੰ, ਪ੍ਰੀਤ ਨੂੰ ਬਹੁਤ ਪਿਆਰ ਕਰਦੀ ਹੈ, ਔਰ ਮਤਲਬ 7th ਕਲਾਸ ਤੋਂ ਸਕੂਲ ਤੋਂ ਹੀ ਉਹਨੂੰ ਜਾਣਦੀ ਹੈ, ਔਰ ਡਿਫਰੈਂਟ ਮੈਨੂੰ ਲੱਗਦਾ ਕਿ ਅੱਜ ਤੱਕ ਪੰਜਾਬੀ ਫਿਲਮਾਂ ਚ ਇਹੋ ਜਿਹੇ ਰੋਲ ਘੱਟ ਹੋਣਗੇ ਹੀਰੋਇਨਸ ਦੇ ਕੋਲ ਜਿਹੋ ਜਿਹਾ ਮੈਨੂੰ ਕਰਨ ਨੂੰ ਮਿਲਿਆ। ਆਊਟ ਐਂਡ ਆਲ ਪਰਫਾਰਮੈਂਸ ਓਰੀਐਂਟਿਡ ਸੀਗਾ ਔਰ ਬਹੁਤ ਅੱਛਾ ਲੱਗਾ ਕੰਮ ਕਰਕੇ ਸਾਰਿਆਂ ਨਾਲ, ਸਪੈਸ਼ਲੀ ਪ੍ਰੀਤ ਨਾਲ ਫਸਟ ਟਾਈਮ ਮੈਂ ਕੰਮ ਕਰ ਰਹੀ ਹਾਂ, ਪ੍ਰਿਯੰਸ਼ੂ ਨਾਲ, ਮੋਨਿਕਾ ਜੀ, ਸਭ ਨਾਲ ਹੀ ਫਸਟ ਟਾਈਮ ਕੰਮ ਕਰ ਰਹੀ ਹਾਂ, ਔਰ ਬਹੁਤ ਅੱਛਾ ਲੱਗਾ ਸਾਰਿਆਂ ਨਾਲ ਕੰਮ ਕਰਕੇ। ਤੇ ਗੁਰਲੀਨ ਜੀ, ਮੂਵੀ ਦੇ ਵਿੱਚ ਕੰਮ ਕਰਦੇ ਹੋਏ ਐਸੇ ਕਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੇ ਤੇ ਪਿਆ ਉਹਨਾਂ ਦਾ? ਇਨ ਵਿਚ ਸੈਂਸ, ਲਾਈਕ ਚਾਹੇ ਉਹ ਅਦਾਕਾਰੀ ਦੇ ਮਾਮਲੇ ਦੇ ਵਿੱਚ ਹੋਵੇ ਜਾਂ ਫਿਰ ਐਜ਼ ਅ ਇੱਕ ਸ਼ਖਸੀਅਤ ਦੇ ਤੌਰ ਤੇ ਹੋਵੇ? ਸਭ ਤੋਂ ਜ਼ਿਆਦਾ ਮੈਨੂੰ ਇੰਸਪਾਇਰ ਕੀਤਾ ਇਸ ਫਿਲਮ ਵਿੱਚ ਪ੍ਰੀਤ ਨੇ। ਤੁਹਾਡੇ ਸਾਹਮਣੇ ਬੈਠੇ ਹੋਏ ਨੇ ਇਸ ਲਈ ਤੁਸੀਂ ਪ੍ਰੀਤ ਜੀ ਦਾ ਨਾਮ ਲੈਤਾ? ਇਸ ਲਈ ਨਹੀਂ ਕਿ ਮੈਂ ਪ੍ਰੀਤ ਦੇ ਨਾਲ ਕੰਮ ਕਰ ਰਹੀ ਹਾਂ ਜਾਂ ਪ੍ਰੀਤ ਮੇਰੇ ਅੱਛੇ ਦੋਸਤ ਹੈ, ਇਸ ਕਰਕੇ ਨਹੀਂ। ਮਤਲਬ ਇਹਨਾਂ ਵਿੱਚ ਜਿਹੜੀ ਚੀਜ਼ ਮੈਂ ਪਹਿਲਾਂ ਵੀ ਦੱਸੀ ਆਪਣੇ ਇੱਥੇ ਪ੍ਰੈਸ ਵਾਲਿਆਂ ਨੂੰ, ਜੋ ਚੀਜ਼ ਇਹਨਾਂ 'ਚ ਸਭ ਤੋਂ ਅੱਛੀ ਲੱਗੀ ਨਾ, ਉਹ ਇੱਕ ਸਿੱਖਣ ਦੀ ਆਰਟ। ਹੀ ਵਾਂਟਸ ਟੂ ਲਰਨ, ਹੀ ਮਤਲਬ ਉਹ ਹੀ ਡਜ਼ਨਟ ਵਾਂਟ ਟੂ ਬੀ ਅ ਸਿੰਗਰ, ਸਿਰਫ ਉਹ ਸਿੰਗਰ ਤੱਕ ਰਹਿਣਾ ਨਹੀਂ ਸੀਮਿਤ ਚਾਹੁੰਦੇ, ਵੀ ਉਹ ਚਾਹੁੰਦੇ ਕਿ ਮੈਨੂੰ ਲੋਕ ਐਜ਼ ਅ ਐਕਟਰ ਵੀ ਜਾਣਨ। ਮਤਲਬ ਜੇ ਉਹਨਾਂ ਨੂੰ ਕੋਈ ਚੀਜ਼ ਦੱਸੋ ਤਾਂ ਬੜੀ ਜਲਦੀ ਉਹਨੂੰ ਅੰਡਰਸਟੈਂਡ ਕਰਦੇ, ਬੜੀ ਜਲਦੀ ਉਹਨੂੰ ਫੋਲੋ ਕਰਦੇ ਹੈ, ਔਰ ਮੈਨੂੰ ਲੱਗਦਾ ਕਿ ਜੋ ਮੈਂ ਇਹਨਾਂ ਨੂੰ ਸਿਖਾਇਆ ਇਹਨਾਂ ਨੇ ਸਕਰੀਨ ਤੇ ਕੀਤਾ, ਔਰ ਜੇ ਇਹਨਾਂ ਨੇ ਅੱਛਾ ਕੀਤਾ ਤਾਂ ਸਮਝੋ ਗੁਰਲੀਨ ਨੇ ਕਰਾਇਆ, ਜੋ ਨਹੀਂ ਵਧੀਆ ਕੀਤਾ ਤਾਂ ਸੋਚੋ ਇਹਨਾਂ ਨੇ ਆਪਣਾ ਹੀ ਕਮਲ ਘੋਟੇ। ਬਿਲਕੁਲ ਜੀ, ਤੁਹਾਨੂੰ ਗੁਰੂ ਬੜੇ ਵਧੀਆ ਮਿਲੇ ਨੇ ਜੀ ਚੰਡਣ ਵਾਲੇ, ਕਿ ਜੇ ਤੁਸੀਂ ਮਾੜਾ ਕੀਤਾ ਫਿਰ ਮੈਂ ਜ਼ਿੰਮੇਵਾਰ ਨਹੀਂ ਹਾਂ, ਔਰ ਵਧੀਆ ਕੀਤਾ ਤਾਂ ਇਹਨਾਂ ਨੂੰ ਕ੍ਰੈਡਿਟ ਜਾਣਾ ਚਾਹੀਦਾ। ਬਹੁਤ ਅੱਛਾ, ਗੁਰੂ ਬਿਨਾਂ ਗੱਤ ਨਹੀਂ ਸਿਆਣਾ ਨੇ ਗਿਆ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ। ਜਰਨੈਲ ਜਿਹੜੇ ਹੁੰਦੇ ਆ, ਜਦੋਂ ਜੰਗ ਕੋਈ ਜਿੱਤੀ ਜਾਂਦੀ ਹੈ ਤੇ ਫਿਰ ਉਹ ਜਰਨੈਲ ਦੇ ਸਿਰ ਤੇ ਹੀ ਸਾਰਾ ਸਿਹਰਾ ਜਾਂਦਾ, ਤੇ ਜਦੋਂ ਜੰਗ ਹਾਰ ਕੇ ਵੀ ਜਦੋਂ ਸਿਪਾਹੀ ਆਉਂਦੇ ਆ ਪ੍ਰੀਤ ਨੇ ਬਹੁਤ ਅੱਛਾ ਪਰਫਾਰਮ ਕੀਤਾ, ਸਪੈਸ਼ਲੀ ਕੁੜੀਆਂ ਨੂੰ ਜੋ ਇਹਨਾਂ ਦੀਆਂ ਫੈਨਸ ਹੈ। ਪ੍ਰੀਤ ਬਹੁਤ ਸੋਹਣੇ ਲੱਗੇ ਫਿਲਮ ਚ, ਬਹੁਤ ਪਿਆਰੇ ਲੱਗੇ, ਬਹੁਤ ਕਿਊਟ ਲੱਗੇ, ਔਰ ਜਦੋਂ ਵੀ ਫਿਲਮ ਚ ਸਪੈਸ਼ਲੀ ਜਦੋਂ ਵੀ ਉਹ ਮੈਨੂੰ ਮੇਰੇ ਆਪੋਜਿਟ ਪ੍ਰੀਤ ਨੂੰ ਦੇਖਣਗੇ ਜਾਂ ਪ੍ਰੀਤ ਦੇ ਆਪੋਜਿਟ ਮੈਨੂੰ ਦੇਖਣਗੇ ਤਾਂ ਹਰ ਕੁੜੀ ਇਹੀ ਵਿਜੁਅਲਾਈਜ਼ ਕਰੇਗੀ, ਕਾਸ਼ ਪ੍ਰੀਤ ਮੇਰਾ ਰੀਅਲ ਲਾਈਫ ਹੀਰੋ ਹੁੰਦਾ। ਵਾਹ ਜੀ ਵਾਹ ਪ੍ਰੀਤ ਜੀ, ਸਾਡੀਆਂ ਉਮੀਦਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ ਹੁਣ ਤੁਹਾਡੀ ਆਉਣ ਵਾਲੀ ਮੂਵੀ ਤੋਂ, ਤੇ ਮੂਵੀ ਦੇਖ ਕੇ ਸਾਨੂੰ ਪਤਾ ਲੱਗੇਗਾ ਜੀ ਕਿ ਗੁਰਲੀਨ ਜੀ ਜੋ ਕਹਿ ਰਹੇ ਨੇ ਉਹ ਕਿੱਥੇ ਤੱਕ ਸਹੀ ਆ। ਪਰ ਨਾਲ ਦੀ ਨਾਲ ਪ੍ਰੀਤ ਜੀ, ਜਿੱਦਾਂ ਅੱਜ ਕੱਲ੍ਹ ਇੱਕ ਟ੍ਰੈਂਡ ਹੋ ਗਿਆ ਕਿ ਜਿਹੜੇ ਸਾਰੇ ਪੰਜਾਬੀ ਸਥਾਪਿਤ
ਗਾਇਕ ਨੇਗੇ ਉਹ ਹੌਲੀ ਹੌਲੀ ਫਿਲਮਾਂ ਵੱਲ ਮੂਵ ਹੋ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਸਰੋਤੇ ਨੇ ਉਹ ਕਿਤੇ ਨਾ ਕਿਤੇ ਕੈਸੇਟ ਕਲਚਰ ਤੋਂ ਵਾਂਝੇ ਹੋ ਜਾਣਗੇ ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਕਿਉਂਕਿ ਜਿਹੜੀ ਫਿਲਮ ਹੈ ਫਿਲਮ ਅਸੀਂ 45 ਦਿਨ ਚ ਸਾਡੀ ਕੰਪਲੀਟ ਹੋ ਜਾਂਦੀ ਹੈ ਔਰ ਤੁਸੀਂ 20-25 ਦਿਨ ਹੋਰ ਲਾ ਕੇ ਚਲੋ ਪੋਸਟ ਪ੍ਰੋਡਕਸ਼ਨ ਦਾ ਕੰਮ ਹੁੰਦਾ ਆ ਤੇ ਜਿਹੜੀ ਐਲਬਮ ਹੈ ਉਹ ਐਲਬਮ ਅਸੀਂ 2 ਸਾਲ ਚ ਕਰਨੀ ਹੁੰਦੀ ਹੈ ਹਾਂ ਥੋੜਾ ਜਿਹਾ ਇਹ ਹੈ ਕਿ ਜਿੱਦਾਂ ਸੀਜ਼ਨਲ ਸਾਡਾ ਸਰਦੀਆਂ ਨੂੰ ਸਾਡਾ ਸੀਜ਼ਨ ਟਾਈਮ ਹੁੰਦਾ ਤੇ ਉਹ ਸੀਜ਼ਨ ਦੇ ਵਿੱਚ ਅਸੀਂ ਆਲਮੋਸਟ ਬਿਜ਼ੀ ਹੁੰਦੇ ਹਾਂ ਸਾਰੇ ਆਰਟਿਸਟ ਜਿਹੜੇ ਕੰਮ ਕਰ ਰਹੇ ਮਾਰਕੀਟ ਚ ਤੇ ਗਰਮੀਆਂ ਦੇ ਵਿੱਚ ਆਲਮੋਸਟ ਆਰਟਿਸਟ ਫ੍ਰੀ ਹੁੰਦੇ ਆ ਹੁਣ ਕੀ ਹੈ ਕਿ ਆਰਟਿਸਟਾਂ ਦਾ ਥੋੜਾ ਜਿਹਾ ਰੁਝਾਨ ਕਹਿ ਲਓ ਇੰਟਰਸਟ ਥੋੜਾ ਜਿਹਾ ਜਿੱਦਾਂ ਫੋਰਨ ਕੰਟਰੀ ਨੂੰ ਆਉਣ ਲਈ ਥੋੜਾ ਜਿਹਾ ਘਟਿਆ ਹੋਇਆ ਤੇ ਉਹ ਕੀ ਕਰ ਰਹੇ ਕਿ ਬਿਜ਼ੀ ਹੋ ਜਾਂਦੇ ਆ ਜਾਂ ਫਿਰ ਤੁਸੀਂ ਇਹ ਸਮਝ ਸਕਦੇ ਹੋ ਕਿ ਥੋੜੇ ਬਿਜ਼ੀ ਵੀ ਦਾ ਸਹੀ ਟਾਈਮ ਹੈਗਾ ਫੈਬਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਫਿਰ ਇਹ ਗਰਮੀ ਹੋ ਜਾਂਦੀ ਹੈ ਫਿਰ ਸੈਪਟੈਂਬਰ ਚ ਸ਼ੁਰੂ ਕਰਦੇ ਆ ਕੰਮ ਅਸੀਂ ਸੋ ਇਹ ਦਿਨ ਹੁੰਦੇ ਵਿਹਲੇ ਆਰਟਿਸਟ ਕੋਲ ਤੇ ਸਾਨੂੰ ਐਲਬਮ ਦੇ ਉੱਤੇ ਕੋਈ ਏਡੀ ਵੱਡੀ ਉਹ ਨੀ ਹੈਗੀ ਕਿ ਹਾਂ ਵੀ ਐਲਬਮ ਸਾਡੀ ਨਹੀਂ ਆਏਗੀ ਜੇ ਫਿਲਮਾਂ ਕਰਨੀਆਂ ਸ਼ੁਰੂ ਕਰ ਦਿਆਂਗੇ ਤਾਂ ਹਾਂ ਇਹ ਜ਼ਰੂਰ ਹੈ ਕਿ ਜੇ ਇੱਕ ਆਰਟਿਸਟ ਜਾਂ ਸੁਪਰ ਬਣ ਜਾਂਦਾ ਕਿ ਯਾਰ ਬਹੁਤ ਵੱਡਾ ਹਿੱਟ ਹੋ ਗਿਆ ਜੀ ਫਿਲਮਾਂ ਦੇ ਵਿੱਚ ਉਹਦੀ ਬੜੀ ਡਿਮਾਂਡ ਹੋ ਗਈ ਹੈ ਫਿਰ ਤੁਸੀਂ ਸਮਝ ਸਕਦੇ ਹੋ ਕਿ ਇੱਕ ਐਲਬਮ ਜਿਹੜੀ ਉਹ 2 ਸਾਲ ਦੀ ਬਜਾਏ 4 ਸਾਲ ਚ ਉਹਦੀ ਆਏਗੀ ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਕਿ ਕੈਸਟ ਜਿਹੜਾ ਸਾਡਾ ਕੰਮ ਹੈ ਐਲਬਮ ਰਿਲੀਜ਼ ਕਰਨਾ ਉਹਦੇ ਉੱਤੇ ਕੋਈ ਇਸ ਚੀਜ਼ ਦਾ ਅਸਰ ਪਏਗਾ ਇਹ ਸਗੋਂ ਸਰੋਤਿਆਂ ਨੂੰ ਹੋਰ ਤਰਾਸ਼ੀਆਂ ਹੋਈਆਂ ਚੀਜ਼ਾਂ ਮਿਲਣਗੀਆਂ ਕਿਉਂਕਿ ਅੱਗੇ ਕਿਉਂਕਿ ਸਾਰੇ ਆਰਟਿਸਟ ਆਪਣੇ ਵੀਡੀਓ ਦੇ ਵਿੱਚ ਖੁਦ ਹੀ ਐਜ਼ ਅ ਮਾਡਲ ਕੰਮ ਕਰਦੇ ਨੇ ਸੋ ਉਹਨਾਂ ਦਾ ਫਿਰ ਕੰਮ ਨਿਖਰ ਕੇ ਆਏਗਾ ਉਹ ਭਾਵੇਂ 3 ਮਿੰਟਾਂ ਦੀ ਵੀਡੀਓ ਹੁੰਦਾ ਕਿ ਅੱਜ ਕੱਲ੍ਹ ਦੇਖਣ ਵਾਲਾ ਜਿਹੜਾ ਦਰਸ਼ਕ ਹੈ ਉਹ ਬਹੁਤ ਸਿਆਣਾ ਹੋ ਗਿਆ ਉਹ 3 ਮਿੰਟ ਦੇ ਵੀਡੀਓ 'ਚ ਵੀ ਇੱਕ ਰਿਜ਼ਲਟ ਲੱਭਦਾ ਆ ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਰਨ 'ਚ ਅਸੀਂ ਹੋਰ ਪਰਫੈਕਟ ਹੋ ਜਾਵਾਂਗੇ ਬਿਲਕੁਲ ਜੀ ਤਾਂ ਦੋਸਤੋ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਗਾਇਕਾਂ ਦੀ ਗਾਇਕੀ ਵੀ ਸਾਨੂੰ ਸੁਣਨ ਨੂੰ ਮਿਲੇਗੀ ਤੇ ਨਾਲ ਦੀ ਨਾਲ ਉਹਨਾਂ ਦੀ ਅਦਾਕਾਰੀ ਦਾ ਹੋਰ ਨਿਖਰਿਆ ਹੋਇਆ ਰੂਪ ਸਾਨੂੰ ਦੇਖਣ ਨੂੰ ਮਿਲੇਗਾ ਹਾਂਜੀ ਦੋਸਤੋ ਅਸੀਂ ਜ਼ਰੂਰ ਚਾਹਾਂਗੇ ਕਿ ਜਿਹੜੀ ਆਉਣ ਵਾਲੀ ਮੂਵੀ ਸਿਰਫਿਰੇ ਦੇ ਵਿੱਚ ਪ੍ਰੀਤ ਹਰਪਾਲ ਜੀ ਤੇ ਗੁਰਲੀਨ ਚੋਪੜਾ ਜੀ ਨੇ ਇਕੱਠੇ ਕੰਮ ਕੀਤਾ ਤਾਂ ਉਸ ਮੂਵੀ ਦਾ ਕੋਈ ਡਾਇਲੋਗ ਉਹ ਸਾਨੂੰ ਇਕੱਠੇ ਜ਼ਰੂਰ ਬੋਲ ਕੇ ਦਿਖਾਣ ਇਹਦੇ ਚ ਇੱਕ ਮੇਰਾ ਡਾਇਲੋਗ ਹੈ ਜਿਹੜਾ ਮੈਂ ਮੋਨਿਕਾ ਬੇਦੀ ਜੀ ਨੂੰ ਕਹਿੰਦੀ ਹਾਂ ਔਰ ਫਿਰ ਪ੍ਰੀਤ ਜੀ ਦੇ ਨਾਲ ਇੱਕ ਡਾਇਲੋਗ ਸਾਡਾ ਜ਼ਿੰਦਗੀ ਦੇ ਸਾਰੇ ਫੈਸਲੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਨਹੀਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਕਰਨੇ ਚਾਹੀਦੇ ਨੇ ਕਿਉਂਕਿ ਇਹ ਹੁੰਦਾ ਜ਼ਰੂਰ ਲੈਫਟ 'ਚ ਪਰ ਫੈਸਲੇ ਹਮੇਸ਼ਾ ਰਾਈਟ ਕਰਦਾ ਅੱਛਾ ਪਹਿਲਾਂ ਨਹੀਂ ਦੱਸ ਸਕਦੀ ਸੀ ਤੈਨੂੰ ਨਹੀਂ ਸੀ ਦੱਸਦਾ ਪਰ ਤੂੰ ਪਹਿਲਾਂ ਦੱਸ ਤੇ ਸਕਦੀ ਸੀ ਨਾ ਯਾਰ ਤੂੰ ਦੇਖ ਤਾਂ ਸਕਦਾ ਸੀ ਨਾ ਆਈ ਲਵ ਯੂ ਜੈਸ ਆਈ ਲਵ ਯੂ ਆਈ ਲਵ ਯੂ ਪ੍ਰੀਤ ਆਈ ਲਵ ਯੂ ਸੋ ਮਚ ਆਡੀਅੰਸ ਪ੍ਰੀਤ ਇਹਨਾਂ ਦਾ ਨਾਮ ਫਿਲਮ 'ਚ ਹੈ ਕਿਤੇ ਇਹ ਨਾ ਸੋਚ ਲਿਓ ਰੀਅਲ ਲਾਈਫ 'ਚ ਇਹਨਾਂ ਨੂੰ ਮੈਂ ਕਹਿ ਰਹੀ ਹਾਂ ਬਟ ਐਨੀਵੇ ਸਾਡੀ ਕੈਮਿਸਟਰੀ ਫਿਲਮ 'ਚ ਬਹੁਤ ਅੱਛੀ ਹੈ ਐਂਡ ਆਈ ਹੋਪ ਕਿ ਆਡੀਅੰਸ ਨੂੰ ਵੀ ਪ੍ਰੀਤ ਐਂਡ ਜੈਜ਼ ਦੀ ਕੈਮਿਸਟਰੀ ਉਹਨਾਂ ਦਾ ਪਿਆਰ ਉਹਨਾਂ ਦੀ ਨੋਕ ਚੋਕ ਬਹੁਤ ਪਸੰਦ ਆਏਗੀ ਔਰ ਅਸੀਂ ਬਹੁਤ ਹੀ ਪਿਆਰੇ ਢੰਗ ਨਾਲ ਇਹ ਫਿਲਮ ਨੂੰ ਬਣਾਇਆ ਔਰ ਲੜ ਕੇ ਲੜਾਈਆਂ ਝਗੜੇ ਕਰਕੇ ਪਿਆਰ ਮੁਹੱਬਤ ਕਰਕੇ ਸੋ ਆਈ ਹੋਪ ਐਵਰੀਬਡੀ ਵਿਲ ਲਾਈਕ ਦਿਸ ਮੂਵੀ ਸਪੈਸ਼ਲੀ ਮੇਰੇ ਤੇ ਪ੍ਰੀਤ ਦਾ ਪੇਅਰ ਵੀ ਕਿਉਂ ਪ੍ਰੀਤ ਬਿਲਕੁਲ ਸਹੀ ਇਸ ਫਿਲਮ ਦੇ ਵਿੱਚ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਮੇਰਾ ਜਿਹੜਾ ਨਾਮ ਹੈ ਉਹ ਰਾਜ ਸੀਗਾ ਫਿਰ ਬਾਅਦ ਦੇ ਵਿੱਚ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਪ੍ਰੀਤ ਮੈਂ ਫਸਟ ਟਾਈਮ ਲਾਂਚ ਹੋ ਰਿਹਾ ਮੂਵੀ ਵਿੱਚ ਤੇ ਰਾਜ ਥੋੜ੍ਹਾ ਜਿਹਾ ਵੈਸੇ ਵੀ ਕਈ ਫਿਲਮਾਂ ਦੇ ਵਿੱਚ ਰਾਜ ਨਾਮ ਆਇਆ ਸੋ ਫਿਰ ਮੈਂ ਸੋਚਿਆ ਕਿ ਪ੍ਰੀਤ ਨਾਮ ਮੇਰੇ ਲਈ ਲੱਕੀ ਵੀ ਹੈ ਔਰ ਮੈਂ ਕਿਉਂ ਨਾ ਪ੍ਰਮੋਟ ਕਰਾਂ ਪ੍ਰੀਤ ਨੂੰ ਸੋ ਫਿਰ ਅਸੀਂ ਰਾਜ ਦੀ ਬਜਾਏ ਪ੍ਰੀਤ ਨਾਮ ਜਿਹੜਾ ਆ ਉਹ ਅਸੀਂ ਚੁਣਿਆ ਸੋ ਲੈਟ ਸੀ ਕਿ ਤੁਸੀਂ ਕਿੰਨਾ ਕੁ ਪਿਆਰ ਦਿੰਦੇ ਹੋ ਪ੍ਰੀਤ ਨੂੰ ਜੈਜ਼ ਨੂੰ ਔਰ ਪ੍ਰਿਅੰਸ਼ੂ ਦਾ ਨਾਮ ਇਸ ਫਿਲਮ ਦੇ ਵਿੱਚ ਇੰਦਰ ਹੈ ਮੋਨਿਕਾ ਦਾ ਨਾਮ ਸਿਮਰਨ ਹੈ ਸੋ ਦੋਨੋਂ ਜੋੜੀਆਂ ਨੂੰ ਤੁਸੀਂ ਜੋੜੀਆਂ ਜਾਂ ਥੋੜੀਆਂ ਨਰੜ ਬਥੇਰੇ ਸਿਆਣਿਆਂ ਨੇ ਕਿਹਾ ਸੋ ਤੁਸੀਂ ਕਿੰਨਾ ਕੁ ਪਿਆਰ ਦਿੰਦੇ ਹੋ ਇਹ ਹੁਣ 13 ਜੁਲਾਈ ਨੂੰ ਪਤਾ ਲੱਗੇਗਾ ਜੀ ਅਖੀਰ ਤੇ ਪ੍ਰੀਤ ਜੀ ਤੇ ਗੁਰਲੀਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਇੰਨਾ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਵੀ ਸਾਡੇ ਲਈ ਥੋੜਾ ਜਿਹਾ ਟਾਈਮ ਕੱਢਿਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਔਰ ਸਾਡੇ ਵੱਲੋਂ ਸਾਰੇ ਰੇਡੀਓ ਆਪਣਾ ਰਾਬਤਾ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ